ਉਸ ਰੱਬ ਵਰਗੀ ਰੂਹ ਮਹਿਰੂਮ ਸੰਧੂ ਸਾਹਿਬ ਸਰਦਾਰ ਸੰਧੂ ਜੀ ਮਹਾਨ ਸ਼ਹਿਰ ਮਹਾਨ ਸਿੰਗਰ ਉਹਨਾਂ ਦੀ ਯਾਦ ਵਿੱਚ ਮੇਲਾ ਗਾਉਣ ਵਾਲੇ ਪ੍ਰਬੰਧਕੋ ਸਾਡਾ ਰੋਮ ਰੋਮ ਤੁਹਾਡਾ ਰੀਣੀ ਹੈ। ਇਹੋ ਜਿਹੇ ਮੇਲੇ ਐ ਨਹੀਂ ਲਵਾਏ ਜਾਂਦੇ ਜਿਵੇਂ ਕਹਿੰਦੇ ਹੁੰਦੇ ਆ ਧੀ ਦਾ ਡੋਲਾ ਤੋੜਨ ਦੇ ਬਰਾਬਰ ਮੇਲੇ ਹੁੰਦੇ ਆ। ਇਹ ਮੇਲੇ ਲਵਾਉਣੇ ਕੋਈ ਸੌਖੀ ਗੱਲ ਨਹੀਂ ਹੈ। ਉਸ ਮਹਾਨ ਸ਼ਹਿਰ ਦੀ ਤੁਸੀਂ ਉਹਨਾਂ ਨੂੰ ਯਾਦ ਕਰਿਆ ਜਿਵੇਂ ਮੈਂ ਬਾਈ ਜੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਬਾਈ ਤੁਸੀਂ ਭਾਵੇਂ ਸਾਨੂੰ ਅਸੀਂ ਅਖਬਾਰ ਜੀ ਪੜ੍ਹ ਲੈਂਦੇ ਫਿਰ ਆ ਜਾਣਾ ਸੀ ਅਸੀਂ ਕੋਈ ਗੱਲ ਨਹੀਂ ਟੈਲੀਫੋਨ ਕਰਨ ਦੀ ਵੀ ਲੋੜ ਨਹੀਂ ਸੀ। ਲਓ ਅਸੀਂ ਹਾਜ਼ਰ ਹਾਂ ਉਹ ਮਹਾਨ ਸ਼ਹਿਰ ਦੀ ਉਸਤਾਦ ਜੀ ਉਹਨਾਂ ਦੀ ਗਾਇਕੀ ਤੇ ਸ਼ਾਇਰੀ ਕਰਕੇ ਤੁਹਾਡੇ ਦਰਮਿਆਨ ਹਾਜ਼ਰ ਹਾਂ। ਹੁਕਮ ਹੋਇਆ ਇੱਥੇ ਤੱਕ ਮੈਨੂੰ ਤੁਸੀਂ ਸੁਣਿਆ ਕੁਲਵੀਰ ਲਹਿਰਾ ਪਹਿਲੀ ਗੱਲ ਕਿਸੇ ਦਾ ਜੇਠ ਨਹੀਂ ਹੋਣਾ ਚਾਹੀਦਾ ਜੇ ਹੋਵੇ ਤਾਂ ਉਹ ਛੜਾ ਨਹੀਂ ਹੋਣਾ ਚਾਹੀਦਾ ਜੇ ਹੋਵੇ ਤਾਂ ਛੜਾ ਨਹੀਂ ਹੋਣਾ ਚਾਹੀਦਾ। ਛੜੇ ਜੇਠ ਤੋਂ ਮਤਲਬ ਇੰਨੀ ਐਲਰਜੀ ਹੈ ਜਿੰਨੀ ਇਹਨੂੰ ਮੇਰੇ ਤੋਂ। ਉਹ ਬਾਈ ਅੱਜ ਦਾ ਹਿੱਸੇਦਾਰ ਹੈ ਉਹ ਵੀ ਲੋਟ ਹੈ ਉਹ ਕਹਿੰਦਾ ਭੈਣ ਜੀ ਮੈਂ ਅੱਧ ਮੰਗਦਾ ਅੱਧ ਮੇਰਾ ਇੱਥੇ ਸਾਰੀ ਗੱਲ ਦੇ ਵਿੱਚ ਵੀ ਇਹ ਕਿਉਂ ਤਿੜਫੜ ਕਰੇ। ਲਓ ਜੀ ਇਹ ਤਿੜਫੜ ਕਰਦੀ ਹੈ ਤੇ ਅਸੀਂ ਅੱਧ ਬਣਾਉਂਦੇ ਹਾਂ ਹੁਣ ਦੇਖਿਓ ਸਹੀ ਕੱਟੂ ਵੇੜੇ ਦੇ ਵਿਚਾਲੇ ਪੱਕੀ ਕੰਧ ਨਹੀਂ ਕੋਠੇ ਦੇ ਜਵਾਨ
Thank you.
ਜਿਵੇਂ ਤੂੰ ਕਹਿੰਦੀ ਆ ਸਿੰਗ ਫੋੜੀ ਚੱਕ ਲੈ ਜਾ ਮੋਟਰ ਤੇ ਮੰਜੀ ਮੰਜੀ ਇੰਨੀ ਛੇਤੀ ਅਸੀਂ ਜਾਣ ਵਾਲੇ ਨੀ ਹੈਗੇ ਅਸੀਂ ਜਾ ਟੋਲਦੇ ਹਾਂ ਤੇਰੀ ਰੱਖ ਤੂੰ ਜਾਣ ਨੂੰ ਜ਼ਰੂਰ ਹੈ।